ਸਲਾਮ ਵਾਲੇਕੁਮ ਨਾਜ਼ਰੀਨ ਆਪਕਾ ਮੇਜ਼ਬਾਨ ਅਦਰੀਸ ਸਾਹਿਬ ਦੀ ਖਿਦਮਤ ਵਿੱਚ ਹਾਜ਼ਰ ਹੈ ਅਤੇ ਆਪ ਦੇਖ ਰਹੇ ਸਾਡੇ ਪੰਜਾਬ ਦੇ ਰੰਗ ਤੇ ਅੱਜ ਅਸੀਂ ਇਨਸ਼ਾਅੱਲਾ ਗੋਇਰੇ ਦੇ ਵਿੱਚ ਆਏ ਆ ਤੇ ਉਸਤਾਦ ਤੋਤਾ ਉਸਤਾਦ ਤੋਤਾ ਸਾਬਕਾ ਕਬੱਡੀ ਪਲੇਅਰ ਅੱਜ ਉਹਨਾਂ ਦੇ ਨਾਲ ਚੰਦ ਗੱਲਾਂ ਕਰਾਂਗੇ ਕਿ ਪੁੱਛਾਂਗੇ ਕਿ ਵੀ ਤੁਹਾਡਾ ਜਿਹੜਾ ਸੀ ਮਾਹੌਲ ਕਿਵੇਂ ਦਾ ਗੁਜ਼ਰਿਆ ਵਾ ਤੇ ਹੁਣ ਕਿਉਂ ਨਹੀਂ ਕਬੱਡੀ ਤੁਸੀਂ ਖੇលਦੇ ਖੁਦ ਇਹਨਾਂ ਨੇ ਮਾਸ਼ਾਅੱਲਾ ਬਹੁਤ ਸਾਰੇ ਸ਼ਾਗਿਰਦ ਤਿਆਰ ਕੀਤੇ ਆ ਤੇ ਸ਼ਾਗਿਰਦ ਬਹੁਤ ਹਵਾ ਯਾਰ ਬੈਠੇ ਆ ਖੇਲਣ ਤੋਂ ਇਹ ਇਨਸ਼ਾਅੱਲਾ ਚੰਦ ਮਿੰਟਾਂ ਦੇ ਬਾਅਦ ਉਹਨਾਂ ਨਾਲ ਵੀ ਤੁਹਾਡੇ ਨਾਲ ਥੋੜੀ ਜੀ ਡਿਸਕਸ ਕਰਵਾਵਾਂਗੇ ਅਸਲਾਮੁਅਲੈਕਮ ਵਅਲੈਕਮ ਸਲਾਮ ਉਸਤਾਦ ਜੀ ਤੁਸੀਂ ਇਹ ਦੱਸੋ ਕਿ ਕੀ ਕੰਮ ਕਰਦੇ ਜੀ ਨਾ ਮਸਰੂਫ ਰਹਿੰਦੇ ਸਾਨੂੰ ਤੁਸੀਂ ਜਲੀਲ ਬੋ ਕਰਦੇ ਜੀ ਤੁਸੀਂ ਦੱਸੋ ਕੰਮ ਕੀ ਕਰਨਾ ਯਾਰ ਮਸਰੂਫੀ ਤੈਨੂੰ ਪਤਾ ਦੁਨੀਆ ਦੇ ਨਾਲ-ਨਾਲ ਮਾਹੌਲ ਦੇ ਨਾਲ-ਨਾਲ ਚੱਲਣਾ ਪੈਂਦਾ ਅੱਛਾ ਉਸਤਾਦ ਜੀ ਤੁਸੀਂ ਇਹ ਦੱਸੋ ਕਿ ਜਦੋਂ ਕਬੱਡੀ ਤੁਸੀਂ ਸ਼ੁਰੂ ਕੀਤੀ ਹੈ ਇਹ ਤੁਹਾਨੂੰ ਕੱਲੇ ਨੂੰ ਸ਼ੌਕ ਸੀ ਜਾਂ ਤੁਹਾਡੇ ਵਾਲਾ ਸਾਹਿਬ ਨੂੰ ਸ਼ੌਕ ਸੀ ਇਹ ਜੀ ਜਦੋਂ ਕਬੱਡੀ ਸ਼ੁਰੂ ਕੀਤੀ ਛੋੜਾ ਜਾਂ ਹਮੈਂ तकरीबन 3ਵੀਂ ਕਲਾਸ ਚ ਪੜਦਾ ਹਾਂ ਉਦੋਂ ਦਾ ਸ਼ੌਕ ਆ ਮੇਰੇ ਬਾਪ ਨੂੰ ਬਹੁਤ ਸ਼ੌਕ ਸੀ ਬਾਪ ਮੇਰੇ ਨੂੰ ਬਹੁਤ ਸ਼ੌਕ ਸੀ ਉਹਨੇ ਕਿਹਾ ਵੀ ਪੁੱਤਰਾ ਖੇਡ ਮੈਂ ਖੇਡਿਆ ਵੀ ਆ ਤੇ ਇਹ ਕਬੱਡੀ ਖੇਡ ਕੇ ਨੂੰ ਦਿਖਾਈ ਵੀ ਆ ਤੇ ਹੌਲੀ 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 ਹਾਈ ਸਕੂਲ ਚ ਦਾਖਲ ਹੋ ਗਿਆ ਅੰਨੇ ਪੱਕੇ ਸੀ ਪੀਟੀ ਗਿਆ ਉਸਤਾਦ ਹੀ ਸਾਡੇ ਵੀ ਉਹ ਫਿਰ ਅੰਨੇ ਪੱਕੇ ਸਕੂਲ ਵਾਲੋਂ 2 ਸਾਲ ਖੇਡਿਆ ਮੁੜਕੇ ਆ ਵਿਕਾਸੀ ਟਿੰਡਿਆਲੇ ਵਿੱਚ ਖੇਡੇ ਆ 61 200 361 ਵਾਲੋਂ ਵਿੱਚ ਖੇਡੇ ਆ ਇਹ ਆ ਮੁੜਕੇ ਫਿਰ ਆਰਮੀ ਚ ਮਹਿਕਮੇ ਚ ਹੋ ਗਏ ਆ ਉੱਥੇ ਮਹਿਕਮੇ ਦੀ ਟੀਮ ਖੇੜਦੇ ਖੂੜਦੇ ਰਹੇ ਆ ਅੱਛਾ ਸਾਜ ਜੀ ਤੁਹਾਨੂੰ ਆਰਮੀ ਚ ਕਿਨੇ ਕਰਵਾਇਆ ਸੀ ਆਰਮੀ ਚ ਕਿਸ ਨੇ ਨਹੀਂ ਕਰਵਾਇਆ ਆਪ ਹੀ ਆਗੇ ਲੈਣ ਕਰੋ ਆਪੇ ਲੈਣਾ ਦੇ ਆਈ ਤਾਂ ਹੁਣ ਥੱਲੇ ਲੈਣੇ ਕੋਈ ਖੜਦਾ ਨਹੀਂ ਆਪ ਹੀ ਲੈਣ ਆਗੇ ਜੌਰ ਸਾਹਿਬ ਆਪ ਹੀ ਉਹਨਾਂ ਕਰਾਇਆ ਕਰੂਗਾ ਲੈ ਆ ਕਾਗਜ਼ ਵੀ ਉਹਨਾਂ ਆਪ ਹੀ ਬਣਾਏਗਾ ਦੇ ਬਾਕੀ ਦੂਸਰੀ ਗੱਲ ਹੈ ਪਹਿਲਾਂ ਟਰਲੀ ਸੈਂਟਰ ਚ ਹੋਏ ਮੈਂ ਜਿਆ ਵਾਵਾ ਕਾਫੀ ਮੁੰਡੇ ਇੱਡੇ ਚਾਰਜ ਹੋ ਗਏ ਮੁੜ ਕੇ ਫੇਰ ਪੰਜਾਬ ਸੈਂਟਰ ਚ ਹੋਏ ਆ ਪੰਜਾਬ ਸੈਂਟਰ ਚ ਮੁੜ ਕੇ 19 ਸਾਲ ਨੌਕਰੀ ਕੀਤੀ ਹੈ 19 ਸਾਲ ਨੌਕਰੀ ਕਰਕੇ ਮੁੜ ਕੇ ਲਟਾਰ ਹੋਏ ਮੁੜ ਕੇ ਆਣ ਕੇ ਬੱਚਾ ਨੂੰ ਗੇਮ ਗੁੰਮ ਸਿਖਾਈ ਦੀ ਆ ਇਹ ਬੱਚੇ ਕੋ ਤਿਆਰ ਵੀ ਆ ਕੁਛ ਤਿਆਰ ਹੋਣ ਵਾਲੇ ਆ ਅੱਛਾ ਸਾਜ ਜੀ ਤੁਸੀਂ ਕਿਹੜੇ ਸਨ ਦੇ ਵਿੱਚ ਭਰਤੀ ਹੋਏ ਸੀ ਤੇ ਕਿਹੜੇ ਦੌਰ ਦੇ ਵਿੱਚ ਤੁਸੀਂ ਫੁੱਲ ਰੂਜਤੇ ਸੀ ਤੇ ਕਿਹੜੇ ਕਲੱਬ ਨੂੰ ਜ਼ਿਆਦਾ ਖੇਡਦੇ ਸੀ ਉਦੋਂ ਪਹਿਲੀ ਤੇ ਗੱਲ ਹੈ ਕਲੱਬਾਂ ਦੇ ਮੈਚ ਨਹੀਂ ਸੀ ਹੁੰਦੇ ਪਿੰਡ-ਪਿੰਡ ਦੇ ਮੈਚ ਹੁੰਦੇ ਸੀ ਸਹੀ ਤੇ ਪਿੰਡ ਵੱਲੋਂ 265 ਵੱਲੋਂ ਮੈਂ ਖੇਡਦਾ ਰਿਆ 265 ਵੱਲੋਂ ਪਿੰਡ ਮੇਰਾ 224 ਸੀ 65 ਵੱਲੋਂ ਖੇਡਦਾ ਰਿਆ ਸਹੀ ਤਕਰੀਬਨ ਮੈਚ ਮੈਂ ਤਕਰੀਬਨ ਜਿਹੜੇ ਚੰਗੇ ਮੈਚ ਖੇਡੇ ਆ ਬਾਸਪੁਰ ਖੇਡੇ ਸਹੀ ਪਹਿਲਾ ਮੈਚ ਜਦੋਂ ਮੇਰੀ ਗੇਮ ਚੜੀ ਆ ਮੈਂ ਪਹਿਲਾ ਮੈਚ ਖੇਡਿਆ ਨੜਿਆਂ ਵਾਲੇ ਦਾ ਨੜਵਾਲਾ ਨਲਿਆਂ ਵਾਲਾ ਨਲਿਆਂ ਵਾਲਾ ਅੱਛਾ ਅੱਛਾ ਨੜਵਾਲਾ ਉਹਨਾਂ ਦਾ ਜਾਫੀ ਜਿਹੜਾ ਚੰਗਾ ਹੀ ਪਾਵੜਾ ਦਾ ਹੀ ਉਹਦਾ ਨਾਂ ਸੀ ਅਸलम ਪਠਾਣਾ ਸਹੀ ਤੇ ਸਾਡੇ ਪਿੰਡ ਨੂੰ ਅਸੀਂ ਤੁਹਾਡੇ ਹੀ ਟੀਮ ਸਾਡੀ ਉਹਨੇ ਕਿਹਾ ਵੀ ਜਾਤੇ ਵਾਲੇ ਨੇ ਕਿਹਾ ਕਮਾਲਪੁਰਿਆ ਨੇ ਵੀ ਤੁਸੀਂ ਮੈਚ ਦੇ ਦਿਓ ਤੁਸੀਂ ਅੱਦੋ ਅੱਧ ਹਾਰ ਜਾਣਾ ਉਹਨੇ ਹਾਂ ਅਸੀਂ ਮੈਚ ਅੱਦੋ ਅੱਧ ਹਰੀਏ ਜਿਵੇਂ ਮਰਜੀ ਹਰੀਏ ਅਸੀਂ ਮੈਚ ਤੁਹਾਨੂੰ ਦੇਣਾ ਨਹੀਂ ਹੈਗਾ ਇਹ ਵੀ ਸਾਡੇ ਨਾਲ ਦੋ ਤਿੰਨ ਟਰਾਲੀਆਂ ਪਿੰਡ ਦੇ ਬਹੁਤ ਬੰਦੇ ਆਏ ਉਹਨਾਂ ਸਾਨੂੰ ਗਾਲਾਂ ਕੱਢਣੀਆਂ ਬੀਤੀ ਕਰਨੀਆਂ ਵੀ ਤੁਸੀਂ ਮੈਚ ਦੇ ਦਿੱਤਾ ਮੈਚ ਫਿਰ ਅਸੀਂ ਉਹਨਾਂ ਨਾਲ ਖੇਡਿਆ ਮੈਚ ਸਾਡਾ ਇਸ ਤਰ੍ਹਾਂ ਕਦੀ ਉਹਨਾਂ ਦੇ ਦੋ ਨੰਬਰ ਬਾਅਦ ਕਦੀ ਸਾਡੇ ਉੱਥੋਂ ਫਿਰ ਗੇਮ ਚੜ ਗਈ ਆ ਉੱਥੋਂ ਫਿਰ ਮੈਚ ਮੂਜ ਲੱਭਣ ਡੇ ਪਏ ਨੇ ਹੌਲੀ ਹੌਲੀ ਮੁੜ ਕੇ ਮਹਿਕਮਾ ਲੱਭ ਗਿਆ ਮਹਿਕਮੇ ਚ ਨੌਕਰੀ 19 ਸਾਲ ਕੀਤੀ ਆ ਅੱਛਾ ਉਸਤਾਦ ਜੀ ਜਦੋਂ ਤੁਹਾਨੂੰ ਮੈਚ ਲੱਭਦੇ ਸੀ ਉਹ ਤੁਹਾਨੂੰ ਖੁਦ ਲੈ ਕੇ ਜਾਂਦੇ ਸੀ ਕੱਲਾ ਕਰਾਇਆ ਦਿੰਦੇ ਸੀ ਜਾਂ ਮਸਲਨ ਕਿ ਥੋੜੇ ਬਹੁਤੇ ਹੋਰ ਵੀ ਪੈਸੇ ਦਿੰਦੇ ਇੱਕ ਘਰ ਦਾ ਸਰਕਲ ਚਲਾਉਣ ਵਾਸਤੇ ਜਦੋਂ ਸਾਡਾ ਦੌਰ ਸੀ ਮੈਂ ਜਦੋਂ ਆਈ ਤਾਂ ਬਹੁਤੇ ਮੈਚ ਦੇਖ ਕੇ ਯਾਰ ਸੱਜਣ ਨੇ ਕਹਿ ਦਿੱਤਾ ਸਾ ਇਹ ਆਪਣੇ ਕਰਾਇਦੇ ਜਾ ਕੇ ਮੈਚ ਖੇੜੀਦਾ ਜੇ ਅੱਗੋਂ ਕੋਈ ਮੈਚ ਨਾਮ ਮਿਲ ਗਿਆ ਥੋੜਾ ਬੋਝਾ 100 200 300 ਉਹ ਸਾਨੂੰ ਦੇ ਦੇਣਾ ਉਹ ਵੀ ਕਹਿਣਾ ਵੀ ਨਹੀਂ ਯਾਰ ਰੈਂ ਦੇ ਉਹਨਾਂ ਕਹਿਣਾ ਚਲੋ ਕਰਾਇ ਸਾਡੇ ਦੌਰ ਚ ਤਕਰੀਬਨ ਬੜਾ ਨਾਮ 1500 2000 5000 6000 ਸਭ ਤੋਂ ਵੱਡਾ ਟੂਰਨਾਮੈਂਟ ਹੁੰਦਾ ਬਾਸਪੁਰ ਉੱਥੇ ਨਾਮ ਏ ਸੀ 12000 ਪਹਿਲਾ ਹੋ ਜਾਂਦਾ ਹੈ ਬਲਕਿ 17 ਪਹਿਲਾ ਦੂਸਰਾ 12 ਇੰਨਾ ਗ੍ਰਾ ਸਭ ਤੋਂ ਵੱਡਾ ਪਾਕਿਸਤਾਨ ਚ ਟੂਰਨਾਮੈਂਟ ਉਹ ਹੁੰਦਾ ਹੈ ਉਹਦੇ 17000 ਰੁਪਇਆ ਮਕਬੂਲਪੁਰ ਮੇਲਾ ਹੁੰਦਾ ਈ ਉੱਥੇ ਅਸੀਂ ਇੱਕ ਵਾਰੀ ਜੀਨਰ ਹੋਏ ਆ ਕਮਾਲਪੁਰੀਆਂ ਕੋ ਹੋਇਆ ਹਾਜੀ ਹੁਣਾ ਕੋ ਉਦੋਂ ਹੀ ਚੌਰ ਸਾਹਿਬ 6000 ਰੁਪਇਆ ਨਾਮ ਸੀ ਅੱਛਾ ਸਾਹਿਬ ਜੀ ਇਹ ਦੱਸੋ ਕਿ ਜਿਸ ਦੌਰ ਦੇ ਵਿੱਚ ਤੁਸੀਂ ਖੇਡਦੇ ਹੁੰਦੇ ਸੀ ਤਕਰੀਬਨ ਉਹ ਸਨ ਕਿਹੜਾ ਸੀ ਸਨ ਸੁਣਦਾ ਮੈਨੂੰ ਪਤਾ ਨਹੀਂ ਆਜ ਤੋਂ 5 ਸਾਲ 10 ਸਾਲ 15 ਸਾਲ ਪਿਛੇ ਆਜ ਤੋਂ ਤਕਰੀਬਨ 35 ਸਾਲ ਪਿਛੇ ਚਲ ਜਾ 35 ਤੁਸੀਂ 1947 'ਚ ਖੇਡਦੇ ਰਹੇ ਹਾਂ ਅੱਛਾ ਜੀ ਹਾਂ ਜੀ ਤੁਹਾਡੀ ਏਜ ਕਿੰਨੀ ਆ ਏਜ ਤਕਰੀਬਨ 20 ਮੇਰੀ ਕਮ ਸੋ ਕਮ 46 47 ਮਾਸ਼ਾਅੱਲਾ ਮਾਸ਼ਾਅੱਲਾ ਅੱਛਾ ਉਸਤਾਦ ਜੀ ਜਿਸ ਦੌਰ ਦੇ ਵਿੱਚ ਤੁਸੀਂ ਖੇਡਦੇ ਸੀ ਕਿਉਂਕਿ ਤੁਸੀਂ ਸਾਫਕਾ ਪਲੇਅਰ ਜੇ ਉਸ ਦੌਰ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਜਾਫੀ ਤਗੜਾ ਜਿਹਦੇ ਲੇ ਵੇਖ ਕੇ ਤੁਹਾਡਾ ਸਾਹ ਸੁੱਕ ਜਾਂਦਾ ਸੀ ਉਹਦਾ ਨਾਮ ਲੈ ਕੇ ਦੱਸੋ ਸਭ ਤੋਂ ਚੰਗਾ ਸਾਡੇ ਦੌਰ 'ਚ ਜਾਫੀ ਬਾਹਰ ਸਭ ਤੋਂ ਚੰਗਾ ਜਾਫੀ ਜਿਹੜਾ ਸੀ ਨਾ ਸਾਡੇ ਦੌਰ ਦਾ तकरीबन ਬਾਸ ਬੱਟ ਵੀ ਸੀ ਹਾਂਜੀ ਬਾਸ ਬੱਟ ਸੀ ਤੇ ਪਠਾਣਾ ਬਹੁਤ ਚੰਗਾ ਜਾਫੀ ਸੀ ਪਠਾਣਾ ਪਠਾਣਾ ਕਿੱਥੇ ਦਾ ਸੀ ਉਹ ਨਲੇ ਵਾਲੇ ਦਾ ਸੀ ਅਸਲਮ ਪਠਾਣਾ ਅੱਛਾ ਉਹ ਵੀ ਬਹੁਤ ਚੰਗਾ ਜਾਫੀ ਸੀ तकरीबन ਉਹਦੋਂ ਬਹੁਤ ਚੰਗੇ ਜਾਫੀ ਸੀ ਇਹ ਕੀ ਵਿਰਲੇ ਵਾਂਜੇ ਨਹੀਂ ਸੀ ਬਹੁਤ ਚੰਗੇ ਜਾਫੀ ਸੀ ਇਸ਼ਤਿਆਕ ਵਾਲਾ ਬਹੁਤ ਚੰਗਾ ਜਾਫੀ ਸੀ ਇਹਨਾਂ ਤੋਂ ਬਾਅਦ ਫਿਰ ਬਾਬਾ ਖਾਨ ਹਮਾਦ ਜੰਜਵਾ ਜਿਹੜਾ ਹਮਾਦ ਜੰਜਵਾ ਇਹ ਵੀ ਤੁਹਾਡੇ ਦੌਰੇ ਖੇਡਦਾ ਰਾਇ ਜੀ ਤੁਹਾਡੇ ਤੋਂ ਪਹਿਲੇ ਖੇਲ ਗਿਆ ਨਹੀਂ ਨਹੀਂ ਇਹ तकरीबन ਸਾਡੇ ਨਾਲ ਹੀ ਸੀ ਬਲਕੇ ਸਾਡੇ ਨਾਲ ਥੋੜਾ ਜਿਹਾ ਵੱਡਾ ਹੋ ਹਾਂਜੀ ਤੇ ਉਹ ਬਲਕੇ ਬਾਹਰ ਬੋਸੀ ਉਹਦੀ ਕਬੱਡੀ ਚਮਕੀ ਆ ਇੱਥੇ ਪਾਕਿਸਤਾਨ ਦੀ ਕਬੱਡੀ ਉਹਨੇ ਬਹੁਤ ਘੱਟ ਖੇਡੀ ਆ ਸਹੀ ਸਹੀ ਤੇ ਇਹ ਜਾਫੀ ਜਿਹੜੇ ਹੀ ਇਹ ਜਿਹੜੇ ਮੈਂ ਤੁਹਾਨੂੰ ਦੱਸਿਆ ਚੰਗੇ ਸੀ ਅੱਛਾ ਉਸਤਾਦ ਜੀ ਇਹ ਦੱਸੋ ਕਿ ਤੁਹਾਡੇ ਮਾਸ਼ਾਅੱਲਾ ਅੱਲਾ ਪਾਕ ਬੁਰੀ ਨਜ਼ਰ ਤੋਂ ਬਚਾਵੇ ਸੇਧ ਦਾ ਰਾਜ ਕੀ ਆ ਕਿ 46 ਸਾਲ ਉਮਰ ਦੇ ਵਿੱਚ ਤੁਸੀਂ ਮਾਸ਼ਾਅੱਲਾ ਆਮ ਸ਼ਾਗਿਰਦਾਂ ਨਾਲੋਂ ਜ਼ਿਆਦਾ ਟ੍ਰੇਨਿੰਗ ਕਰਦੇ ਜੇ ਇਹ ਕੀ ਖਾਂਦੇ ਜੇ ਕੀ ਪੀਂਦੇ ਜੇ ਕੀ ਕਰਦੇ ਜੇ ਖਾਣਾ ਖੂਣਾ ਕੀ ਆ ਇਹ ਰੋਟੀ ਛੋਟੀ ਖਾਈਦੀ ਆ ਹਾਂਜੀ ਦੁੱਧ ਪੀ ਲਈਦਾ ਕੋਈ ਫਰੂਟ ਸ਼ਰੂਟ ਖਾ ਲਈਦਾ ਦੁੱਧ ਕਿੰਨਾ ਪੀਂਦੇ ਜੇ ਦੁੱਧ ਤਕਰੀਬਨ ਹੌਣਦੇ ਜਾਂ ਕਿਲੋਕ ਬੰਦਾ ਕਿਲੋ ਕੀ ਬਸ ਇੰਨਾ ਗੀਦਾ ਬਹੁਤਾ ਨਹੀਂ ਹੁੰਦਾ ਦੁੱਧ ਸਹੀ ਕਿੰਤਾ ਨਹੀਂ ਜਾਂਦਾ ਜਾਂ ਮਿਲਦਾ ਨਹੀਂ 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 ਪੀਤਾ ਨਹੀਂ ਜਾਂਦਾ ਮਰ ਟਾਈਮ ਹੀ ਲੱਗਦਾ ਮਿਲਦਾ ਵੀ ਅੱਲਾ ਪਾਕ ਦੀ ਬੜੀ ਰਹਿਮਤ ਹੈ ਸ਼ੁਕਰ ਆ ਹਰ ਸ਼ਾਦੀ ਤਕਰੀਬਨ ਠੀਕ ਆ ਕੰਮ ਐ ਬੰਦਾ ਆਖੇ ਅੱਲਾ ਪਾਕ ਦੀ ਬੜੀ ਰਹਿਮਤ ਹੈ ਸਹੀ ਤੇ ਇਹ ਵੀ ਕਿ ਲੋਕ ਦੁੱਧ ਜਾ ਕੇ ਇਥੋਂ ਗੇਮ ਕਰਕੇ ਰੋਟੀ ਖਾਣਾ ਛਾਣਾ ਖਾ ਕੇ ਕਿਲੋ ਕੁ ਦੁੱਧ ਪੀ ਲਈਦਾ ਤੇ ਸਭ ਤੋਂ ਰਾਜ ਇਹ ਆ ਵੀ ਗਰਾਊਂਡ ਨਾਲ ਮੈਂ ਅਟੈਚ ਆ तकरीबन ਕਾਫੀ ਧੇਰ ਬਲਕੇ ਜਦੋਂ ਦਾ ਗੇਮ ਕਰਦਾ ਗਰਾਊਂਡ ਨਾਲ ਮੈਂ ਅਟੈਚ ਆ ਮੇਰੀ ਸਿਹਤ ਦਾ ਰਾਜ ਇਹ ਆ ਮੈਂ ਗਰਾਊਂਡ ਨਾਲ ਅਟੈਚ ਅੱਛਾ ਉਸਤਾਦ ਜੀ ਇਹ ਦੱਸੋ ਕਿ ਤੁਸੀਂ ਵੱਡੇ ਮੈਚ ਕਿਉਂ ਨਹੀਂ ਖੇਡਦੇ ਵਜਾ ਵੱਡੇ ਮੈਚ ਪਹਿਲਾਂ ਖੇਡੇ ਆ ਹੁਣ ਮੈਚ ਕੀ ਖੇੜਨੇ ਕਿ ਉਮਰ ਦਾ ਤਕਾਜਾ ਹੋ ਗਿਆ ਕਿ ਮੇਰੀਆਂ ਲੱਤਾਂ ਹੀ ਫੈਰ ਫੂਰ ਲੱਗੇ ਫਿਰ ਉਦੋਂ ਬਾਅਦ ਆ ਵੱਡੇ ਮੈਚ ਨਹੀਂ ਖੇਡੇ ਅੱਛਾ ਜੀ ਯਾਨੀ ਕਿ ਵੀ ਉਹ ਸੱਟ ਲੱਗਣ ਦੀ ਵਜ੍ਹਾ ਤੋਂ ਦੂਸਰੇ ਮੈਚ ਨਹੀਂ ਖੇਡ ਸਕੇ ਅੱਛਾ ਸਤਾ ਜੀ ਤੁਸੀਂ ਆਪਣੇ ਛੋਟੇ ਸ਼ਗਿਰਦਾਂ ਨੂੰ ਜਿਹੜੇ ਤਿਆਰ ਹੋਣ ਦੇ ਆ ਉਹਨਾਂ ਵਾਸਤੇ ਕੋਈ ਛੋਟੇ ਮੋਟੇ ਟਿਪਸ ਦੱਸੋ ਕਿ ਜਿਹੜੇ ਉਹ ਖਰਾਕ ਦੇ ਵਿੱਚ ਖਾਣ ਤੇ ਉਹਨਾਂ ਨੂੰ ਕੋਈ ਨਾ ਕੋਈ ਬੈਨੀਫਿਟ ਹੋਵੇ ਜਾਂ ਐਕਸਰਸਾਈਜ਼ ਕਰਨ ਕਿਹੜੇ ਟਾਈਮ ਕਰਨ ਉਹ ਦੱਸੋ ਥੋੜਾ ਬਹੁਤਾ ਇਹਨਾਂ ਨੂੰ ਇਹ ਹੀ ਮਾਲੂਮਾਤ ਦੇਈਦਾ ਵੀ ਟ੍ਰੇਨਿੰਗ ਤਕਰੀਬ ਨਾ ਕਰ ਨਾ ਕਰੋ ਗਰਾਊਂਡ 'ਚ ਗਰਾਉਂਡ ਨੂੰ ਤੁਸੀਂ ਮੈਨੂੰ ਦੱਸੋ ਪਿੱਛੇ ਨੂੰ ਕਿਉਂ ਜਾਂਦੇ ਸੀ ਪਿੱਛੇ ਮੈਂ ਉੱਡਾਰ ਆਉਂਦਾ ਸੀ ਇੱਥੇ ਆਓ ਇੱਥੇ ਆ ਇਹਨਾਂ ਨੂੰ ਦੱਸੀਦਾ तकरीबन ਟ੍ਰੇਨਿੰਗ ਨਾਲ ਜਿੰਨੀ ਵਿਚਾਰ तकरीबन ਹੋ ਸਕਦੀ ਹੈ ਜਿੰਨੀ ਟ੍ਰੇਨਿੰਗ ਕਰੋਗੇ ਉਹਨਾਂ ਦਾ ਫੁੱਟਵਰਕ ਜਿਆਦਾ ਸਾਡਾ ਹੋਏਗਾ ਹਾਂਜੀ ਫੁੱਟਵਰਕ ਜਿਆਦਾ ਹੋਏਗਾ ਗੇਮ ਕਰੋ ਖਰਾਕ ਹੋਗੇ ਇਹ ਬਹੁਤੇ ਲੋਕ ਅੱਜਕੱਲ ਦੇ ਰਹੇ ਹੈ ਮੈਡੀਸਨ ਨੂੰ ਸਰਜੀ ਕੋ ਨਵੇਂ ਨਵੇਂ ਮਨ ਉਸਤਾਦ ਦੀ ਨਹੀਂ ਮੰਨਣੀ ਜਿਹੜਾ ਨਵਾਂ ਇੱਕ ਬੰਦਾ ਥੋੜਾ ਗੇਮ ਉੱਚੀ ਹੋਈ ਉਹਨੂੰ ਆਖੇ ਯਾਰ ਤੂੰ ਬਰੂਦ ਕਿਹੜਾ ਖਾਂ ਰਿਆ ਕਿਉਂ ਤਗੜਾ ਹੁੰਦਾ ਇਹ ਲੋਕ ਜਿਹੜੇ ਅੱਜ ਕੱਲ ਦੇ ਛਾਗਿਰਦਿਆ ਇਹ ਮੈਡੀਸਨ ਨੂੰ ਤਰਜੀਹ ਦਿੰਦੇ ਆ ਅੱਛਾ ਉਸਤਾਜ ਜੀ ਜਿਹੜਾ ਕਬੱਡੀ ਪਲੇਅਰ ਆ ਇਹਨੂੰ ਜਿਮ ਕਰਨਾ ਲਾਜ਼ਮੀ ਆ ਜਾਂ ਸ਼ੌਕੀਆ ਤੌਰ 'ਤੇ ਕਰਦੇ ਜਿਮ ਇਸ ਤੋਂ ਕਰਨਾ ਚਾਹੀਦਾ ਥੋੜੀ ਫਿਟਨੈਸ ਹੋ ਜਾਂਦੀ ਆ ਜਿਸਮ ਸੋਨਾ ਹੋ ਜਾਂਦਾ ਯਾਨੀ ਕਿ ਅੱਛਾ ਵਾ ਅੱਛਾ ਹੋ ਜਾਂਦਾ ਸਹੀ ਹੋ ਇਹ ਨਾ ਵੀ ਜਿਮ ਨੂੰ ਬਹੁਤੀ ਤਰਜੀਹ ਦੇਣ ਬਹੁਤਾ ਗਰਾਊਂਡ ਨੂੰ ਤਰਜੀਹ ਦੇਣ ਰਨ ਕਰਨ ਜਿਹੜਾ ਰਨਗਦਾ ਬਣਿਆ ਜਸਮ ਜਾਂ ਡੰਡਾ ਦਾ ਜਸਮ ਬਣਿਆ ਪਾਵਰ ਵਾਲਾ ਹੁੰਦਾ ਹਾਏ ਹਾਏ ਦੇਸੀ ਦੇਸੀ ਜਿਹੜਾ ਬਣਦਾ ਠੀਕ ਹੈ ਇਹ ਤਕਰੀਬਨ ਜੇਸ ਬੰਦੇ ਨੇ ਪਲੇਅਰ ਬਣਨਾ ਕਿਸੇ ਨੇ ਪਲੇਅਰ ਬਣਨਾ ਮੈਂ ਤਾਂ ਆਖੂਗਾ ਵੀ ਕਿਉਂ ਠੀਕ ਹੈ ਜੋ ਮਰਜੀ ਵੀ ਆ ਕਿਉਂ ਦੁੱਧ ਬਾਜਾਮ ਗੋਸ਼ਤ ਅੱਛਾ ਸਾਜੀ ਇੱਕ ਤੁਹਾਡਾ ਬਹੁਤ ਵਫਾਦਾਰ ਸ਼ਾਗਿਰਦ ਸੀ ਤੇ ਉਹ ਤੁਹਾਨੂੰ ਛੱਡ ਕੇ ਕਿਉਂ ਗਿਆ ਵਾ ਕਣੀਏ ਦਾ ਤੋਤੀ ਉਹ ਛੱਡਿਆ ਜ ਨਹੀਂ ਤਾਂ ਬੜੀ ਆਰੀ ਆ ਗਿਆ ਕਣੀਏ ਦਾ ਪਰ ਹੈ ਬਗਾਰਤੀਆ ਅੱਛਾ ਸਾਜੀ ਉਹ ਕਿਉਂ ਨਹੀਂ ਕਬੱਡੀ ਖੇਡ ਸਕਿਆ وجہ ਕੀ ਉਹਨੂੰ ਜੀ ਬੜਾ ਯੋਰ ਲਾਇਆ ਤੇ ਬੜੀ ਆਰੀ ਆਇਆ ਮੈਂ ਕਿਹਾ ਤੂੰ ਮੇਰੇ ਕੋਲ ਆਣਾ ਤੇ ਇੱਕ ਪੱਗ ਲੈ ਕੇ ਆ ਤੇ ਇੱਕ ਮਠਿਆਈ ਦਾ ਡੱਬਾ ਉਹਨੇ ਆ ਗਿਆ ਮੈਂ ਭੈਣ ਚੋਦਾ ਤੇਰੇ ਕੋ ਇੰਨਾ ਨਹੀਂ ਆਉਣਾ ਅੱਜ ਉਹਨੇ ਕਿਹਾ ਸਾਜੀ ਪੱਗ ਵੀ ਆਏਗੀ ਤਿੰਨ ਚਾਰ ਸਾਲ ਪਿੱਛੇ ਫਿਰਦਾ ਅੱਛਾ ਅੰਦਾ ਜੀ ਪੱਗ ਵੀ ਆਏਗੀ ਮਠਿਆਈ ਦਾ ਡੱਬਾ ਆਏਗਾ ਹਾਂ ਜੀ ਅੰਦਾਜ਼ ਸਾਜੀ ਆਜ ਆਏਗਾ ਉਹ ਆਜ ਆ ਕੇ ਤੇ ਸਾਲ ਬਾਅਦ ਮੱਥੇ ਲੱਗਦਾ ਵਾ ਹਾਂਜੀ ਸਾਜੀ ਬੱਸ ਮੈਂ ਹੁਣ ਆ ਅੱਜ ਕੱਲ ਕੀ ਕਰ ਰਿਹਾ ਓ ਅੱਜ ਕੱਲ ਮੈਂ ਜ਼ਿਆਦਾ ਟਰੈਲੀ ਟੂਲੀ ਬਾਹਰ ਆ ਜੀ ਅੱਛਾ ਜੀ ਹਾਂ ਅੱਛਾ ਸਾਜੀ ਇਹ ਦੱਸੋ ਕਿ ਭੀ ਗਰਮੀਆਂ ਦੇ ਵਿੱਚ ਐਕਸਰਸਾਈਜ਼ ਜਿਹੜੀ ਆ ਬੱਚਿਆਂ ਨੂੰ ਕਬੱਡੀ ਪਲੇਅਰ ਜਿਹੜੇ ਆ ਇਹਨਾਂ ਨੂੰ ਫਸਟ ਟਾਈਮ ਕਰਨੀ ਚਾਹੀਦੀ ਆ ਜਾਂ ਸ਼ਾਮ ਟਾਈਮ ਕਰਨੀ ਚਾਹੀਦੀ ਆ ਕਿਹੜੇ ਟਾਈਮ ਕਰਨੀ ਚਾਹੀਦੀ ਆ ਜਿਹੜੀ ਸਵੇਰ ਟਾਈਮ ਹੈ ਉਹ ਤਾਂ ਬਹੁਤ ਅੱਛੀ ਬਾਤ ਆ ਠੀਕ ਆ ਉਹ ਕੋ ਗੇਮ ਨਾ ਵੀ ਕਰੇ ਤੇ ਉਹਦੇ ਵਾਸਤੇ ਵੀ ਜਿਹੜੀ ਸਵੇਰ ਟਾਈਮ ਐਕਸਰਸ ਸੈਜਾ ਸੈਰ ਕਰਨੀ ਬਹੁਤ ਉਹਦੇ ਸਿਹਤ ਦਾ ਰਾਜਾ ਬਹੁਤ ਅੱਛੀ ਸ਼ੈਅ ਵਾ ਇਹ ਕੋ ਜ਼ਰੂਰੀ ਨਹੀਂ ਬੰਦਾ ਗੇਮ ਹੀ ਕਰੇ ਤੇ ਉਹ ਹੀ ਕਰ ਸਕਦਾ ਬਿਲਕੁਲ ਹਰ ਬੰਦੇ ਨੂੰ ਕਰਨੀ ਚਾਹੀਦੀ ਐਕਸਰਸ ਸਵੇਰ ਸਵੇਰ ਸੈਰ ਕਰਨੀ ਚਾਹੀਦੀ ਹੈ ਪੀਟੀ ਕਰਨੀ ਚਾਹੀਦੀ ਹੈ ਤੇ ਬੱਚਿਆਂ ਵਾਸਤੇ ਤਕਰੀਬਨ ਇਸ ਟਾਈਮ ਨੂੰ ਠੀਕ ਹੈ ਸਵੇਰ ਟਾਈਮ ਬਹੁਤ ਬੰਦਾ ਰੂਚ ਜਦੋਂ ਕਬੱਡੀ ਚਾਹੁੰਦਾ ਸਵੇਰ ਦੀ ਟ੍ਰੇਨਿੰਗ ਨਾ ਹੁੰਦਾ ਅੱਛਾ ਸਤ ਜੀ ਇਹ ਦੱਸੋ ਕਿ ਜਦੋਂ ਤੁਹਾਡੀ ਅਸੀਂ ਪਹਿਲੇ ਵੀਡੀਓ ਬਣਾਈ ਸੀ ਉਹ ਬੱਚਿਆਂ ਦੇ ਨਾਲ ਹੈ ਉਹ ਜਿਹੜੇ ਤੁਸੀਂ ਘੁੰਮ ਕੇ ਲਾਤ ਤੇ ਡੰਡ ਮਾਰਦੇ ਜੇ ਇਹ ਤੁਸੀਂ ਕਿੱਥੋਂ ਸਿੱਖੇ ਜੇ ਇਹ ਸਿੱਖੇ ਇਸਰਾਈਆਂ ਵੀ ਮੁੰਡੇ ਪਹਿਲਵਾਨੀ ਚ ਉੱਥੇ ਯੂਨਿਟ ਸੀ ਮੁੰਡੇ ਮਾਰਦੇ ਸੀ ਪਹਿਲਵਾਨ ਤੇ ਉਹਨਾਂ ਲਵੇ ਕੇ ਸੀ ਮਾਰਨ ਰਿਹਾ ਮੈਨੂੰ ਕਿਸੇ ਨੇ ਦੱਸਿਆ ਕਿ ਸਭ ਤੋਂ ਪਹਿਲੇ ਪਾਕਿਸਤਾਨ ਦੇ ਵਿੱਚ ਸਟਾਰ ਨੇ ਸ਼ੁਰੂ ਕੀਤੇ ਨਹੀਂ ਨਹੀਂ ਮੈਂ ਗਲਤ ਬਿਆਨ ਨਹੀਂ ਕਰਦਾ ਝੂਠ ਨਹੀਂ ਮਾਰਦਾ ਅੱਛਾ ਅੱਛਾ ਸਤਾ ਜੀ ਇਹ ਦੱਸੋ ਕਿ ਪਲੇਅਰ ਤੋਂ ਹਟ ਕੇ ਪਲੇਅਰ ਤੋਂ ਹਟ ਕੇ ਆਮ ਬੰਦਾ ਜਿਹੜਾ ਵਾ ਉਨੂੰ ਐਕਸਰਸਾਈਜ਼ ਕਿੰਨੀ ਜ਼ਰੂਰੀ ਆ ਜਿਹੜੀ ਆ ਸਵੇਰ ਦੀ ਸ਼ਾਮ ਦੀ ਕਿੰਨੀ ਕਰਨੀ ਚਾਹੀਦੀ ਆ ਦੁੱਧ ਛੋਦ ਨੂੰ ਕਿੱਦਾਂ ਪੀਣਾ ਚਾਹੀਦਾ ਕੋਈ ਛੋਟੇ ਮੋਟੇ ਟਿਪਸ ਦੱਸ ਅਕਸਰ ਸਹਿਜ ਉਹਨਾਂ ਨੂੰ ਇੰਨੀ ਚਾਹੀਦੀ ਜੇ ਸਾਹ ਬਣਾਉਣੀ ਖਰਾਕ ਹੋਵੇ ਇਹ ਆ ਵੀ ਇੱਕ ਬੰਦੇ ਨੂੰ ਖਰਾਕ ਮਿਲਦੀ ਨਹੀਂ ਹੈਗੀ ਉਹ ਤਕਰੀਬਨ 2 ਘੰਟੇ ਟ੍ਰੇਨਿੰਗ ਕਰਦਾ ਦੁੱਧ ਨੂੰ ਪਾਇਆ ਮਿਲਦਾ ਉਹ ਟ੍ਰੇਨਿੰਗ ਨਹੀਂ ਠੀਕ ਹੈਗੀ ਉਹ ਮਨ ਜਿੰਨੀ ਮਨ ਟ੍ਰੇਨਿੰਗ ਇਹ ਆ ਵੀ ਚਲੋ ਘੱਟ ਤੋਂ ਘੱਟ ਤੋਂ ਘੱਟ ਜਿਹੜਾ ਨਾ ਬੰਦਾ ਜਦੋਂ ਕੋਈ 2 ਘੰਟੇ ਟ੍ਰੇਨਿੰਗ ਕਰਦਾ ਕਿਲੋ ਤੋਂ ਉਹਨੂੰ ਦੁੱਧ ਹੋਣਾ ਚਾਹੀਦਾ ਨਾ ਸਹੀ ਘੱਟ ਤੋਂ ਘੱਟ ਕਿਲੋ ਦੁੱਧ ਹੋਣਾ ਚਾਹੀਦਾ ਉਂਝ ਭਾਵੇਂ 4 ਕਿਲੋ ਪੀ ਲੇ ਤਿੰਨ ਕਿਲੋ ਵੀ ਪੀ ਲੇ ਅੱਛਾ ਸਾਜੀ ਮੇਰੇ ਜ਼ਿਹਨ ਚ ਆ ਰਿਹਾ ਵਾ ਕਿ ਸਰਦੀਆਂ ਦੇ ਵਿੱਚ ਜਿਹੜੇ ਆਮ ਪਲੇਅਰ ਆ ਕਬੱਡੀ ਦੇ ਇਹ ਤੇਲ ਦੀ ਮਾਲਿਸ਼ ਬਹੁਤ ਕਰਦੇ ਆ ਗਰਮੀਆਂ ਚ ਵੀ ਕਰਨੀ ਚਾਹੀਦੀ ਆ ਜਾਂ ਨਹੀਂ ਕਰਨੀ ਚਾਹੀਦੀ ਗਰਮੀਆਂ ਚ ਵੀ ਕਰਨੀ ਚਾਹੀਦੀ ਉਹ ਗਰਮੀਆਂ ਨੂੰ ਤੇਲ ਘੱਟ ਇਸਤੇਮਾਲ ਕਰਦੇ ਸਰਦੀਆਂ ਨੂੰ ਦੀ ਸਰਦੀ ਹੁੰਦੀ ਉਹ ਮઝા ਆਉਂਦਾ ਤੇਲ ਦਾ ਜੁਸਮ ਨੂੰ ਜਿੰਨਾ ਬੰਦਾ ਤੇਲ ਆਏ ਉਹਨਾਂ ਥੋੜਾ ਤੇ ਗਰਮੀ ਦੇ ਵਿੱਚ ਚਰਗਲ ਚਰਗਲ ਮੱਜ ਜਾਂਦੀ ਉਹ ਤੇਲ ਵਿੱਚੋਂ ਨਿਕਲਿਆ ਹੁੰਦਾ ਘੱਟ ਬੰਦੇ ਮਾਲਿਸ਼ ਕਰਦੇ ਆ ਨੇ ਕਰਨੀ ਚਾਹੀਦੀ ਹੈ ਜਾਂ ਨਹੀਂ ਕਰਨੀ ਚਾਹੀਦੀ ਕਰਨੀ ਚਾਹੀਦੀ ਹੈ 8 ਦਿਨ ਹੀ ਤੇ ਲਾਜ਼ਮੀ ਮਾਲਿਸ਼ ਕਰਨੀ ਚਾਹੀਦੀ ਜਿਸ ਬਣਾ ਹਾਂਜੀ ਸਹੀ ਹੋ ਗਿਆ ਅੱਛਾ ਉਸਤਾਜ ਜੀ ਬੱਚੇ ਖੇਡ ਕੇ ਆਉਣ ਥਕਾਵਟ ਬਹੁਤ ਜ਼ਿਆਦਾ ਹੋ ਜਾਂਦੀ ਹੈ ਉਹਨਾਂ ਨੂੰ ਗਰਮ ਪਾਣੀ ਨਾਲ ਨਹਾ ਲੈਣਾ ਚਾਹੀਦਾ ਜਾਂ ਮਸਲਨ ਠੰਡੇ ਨਾਲ ਨਹਾ ਲੈਣ ਕਿ ਉਹਨਾਂ ਨੂੰ ਸਕੂਨ ਹੋ ਜਾਵੇ ਜਾਨੀ ਕਿ ਉਹਨਾਂ ਨੂੰ ਕੋਈ ਨੁਕਸਾਨ ਨਾ ਹੋਵੇ ਕੋਈ ਪੱਠਾ ਖਚਾਓ ਨਾ ਪਵੇ ਉਹਦੇ ਵਾਸਤੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਗਰਮ ਪਾਣੀ ਨਾਲ ਨਹਾ ਲੈਣਾ ਦੋਸਤ ਬਹੁਤ ਅੱਛੀ ਹੈ ਅੱਛੀ ਬਾਤ ਹੈ ਤੇ ਜੇ ਮਸਲਾ ਤੂੰ ਠੰਡੇ ਨਾਲ ਬਣਾਉਣਾ ਤਾਂ ਆਪਣਾ ਬਿਲਕੁਲ ਵਾਰਮਅਪ ਡਾਊਨ ਕਰਕੇ ਬਿਲਕੁਲ ਵਾਰਮਅਪ ਡਾਊਨ ਕਰਕੇ ਜਦੋਂ ਸਮਝਾ ਖੂਕ ਪਸੀਨਾ ਹੋ ਗਿਆ ਉਸ ਤੋਂ ਬਾਅਦਾ ਛੋਟਾ ਸ਼ਾਪ ਕਰੇ ਉਸ ਤੋਂ ਬਾਅਦਾ ਫੇਰ ਨਾ ਆਵੇ ਅੱਛਾ ਸਤਾ ਜੀ ਸਭ ਤੋਂ ਅੱਛਾ ਪਲੇਅਰ ਬਣਨ ਵਾਸਤੇ ਉਹਨੂੰ ਖਰਾਕ ਕਿੰਨੀ ਖਾਣੀ ਚਾਹੀਦੀ ਹੈ ਤੇ ਟ੍ਰੇਨਿੰਗ ਕਿੰਨੀ ਕਰਨੀ ਚਾਹੀਦੀ ਸਭ ਤੋਂ ਜੇ ਇਸ ਬੰਦੇ ਨੇ ਇੰਟਰਨੈਸ਼ਨਲ ਤੱਕ ਸਮਝਿਆ ਨਾ ਵੀ ਮੈਂ ਇੱਕ ਪਾਕਿਸਤਾਨ ਟੀਮ ਚ ਖੇਡਣਾ ਜਾਂ ਨੈਸ਼ਨਲ ਖੇਡਣੀ ਜਾ ਮੈਂ ਕਿਸ ਮਹਿਕਮੇ ਚ ਜਾਣਾ ਵਾ ਕਮ ਸੋ ਕਮ ਜਿਹੜਾ ਪਲੇਅਰ ਹੈ ਨਾ ਪਲੇਅਰ ਉਹਨੂੰ ਤੇ ਇਹ ਆ ਵੀ ਤਕਰੀਬਨ ਡੇਲੀ ਦਾ 500 ਰੁਪਿਆ ਉਹਨੂੰ ਖਾਣਾ ਚਾਹੀਦਾ ਛੋਟੇ ਤੋਂ ਛੋਟਾ ਜਿਹੜਾ ਵਾ 500 ਰੁਪਿਆ ਖਾਣਾ ਚਾਹੀਦਾ ਜੇ ਉਹਨੇ ਉਤਲੇ ਲੈਵਲ ਤੇ ਜਾਣਾ ਰੂਟੀਨ ਨਾਲ ਗੇਮ ਕਰਿਓ ਨਾਗਾ ਨਾ ਕਰੇ ਉਹ ਫਿਰ ਸਾਲ ਦੋ ਤਿੰਨ ਸਾਲਾਂ ਚ ਰਿਜ਼ਲਟ ਦੇ ਦਿੰਦਾ ਤੇ ਜੇ ਆਖੇ ਵੀ ਮਹੀਨੇ ਚ ਮੈਂ ਤੋਤੀ ਇੱਕ ਘਣੀਏ ਦਾ ਉਹ ਮੁੰਡਾ ਉਹ ਦਿਆਂਗਾ ਸਾਲ ਬਾਅਦ ਗਰਾਊਂਡ 'ਚ ਆ ਜਾ ਤਾਕਾ ਮੈਂ ਵੱਡਾ ਪਲੇਅਰ ਬਣਨਾ ਇੰਟਰਨੈਸ਼ਨਲ ਫਿਰ ਇੱਕ ਵਾਰੀ ਮੇਰੇ ਕੋ ਆਇਆ ਵਾ ਉਹ ਆਂਦਾ ਜੀ ਹਾ ਬਸ ਸਾਹਿਬ ਇਹ ਗੱਲ ਕਹਿੰਦਾ ਵੀ ਮੈਂ ਤੈਨੂੰ 2 ਮਹੀਨਾ ਚ ਤਿਆਰ ਕਰਦਾ ਮੈਂ ਤੂੰ ਮੈਂ ਤੂੰ ਕੁੜੀ ਹੋਵੇ ਹੋਰ ਕੀ ਲਾਣਾ ਜੇ 2 ਮਹੀਨਾ ਤਿਆਰ ਹੋ ਜਾਵੇ। ਉਸਤਾਦ ਨਾਲੀ ਤਾੜੀਆਂ। ਤਾੜੀਆਂ। ਮੈਨੇ ਜਿਹੜਾ 2 ਮਹੀਨਾ ਚਾਰੇ ਉਹਦੇ ਵਾਸਤੇ ਕੀ ਹੋ ਰਿਹਾ ਜੀ। ਅੱਛਾ ਉਸਤਾਦ ਜੀ ਇਹ ਦੱਸੋ ਕਿ ਪੀ ਅੱਜਕੱਲ ਤੁਹਾਡਾ ਕਾਰੋਬਾਰ ਕੀ ਚੱਲ ਰਿਹਾ ਵਾ ਤੇ ਕਿਉਂਕਿ ਤੁਸੀਂ ਆਰਮੀ ਤੇ ਛੱਡ ਦਿੱਤੀ ਆ। ਹਾਂਜੀ। ਤੇ ਇਸ ਤੋਂ ਹਟ ਕੇ ਕੀ ਕਰ ਰਹੇ ਜੇ ਤੁਸੀਂ ਗੇਮ ਨੂੰ ਵੀ ਟਾਈਮ ਦੇ ਰਹੇ ਜੇ ਮਾਸ਼ਾਅੱਲਾ ਬੀਵੀ ਬੱਚਿਆਂ ਨੂੰ ਵੀ ਟਾਈਮ ਦੇਣਾ ਕੀ ਕਾਰੋਬਾਰ ਕੀ ਕਰ ਰਹੇ ਜੀ ਅੱਜਕੱਲ? ਕਾਰੋਬਾਰ ਮੈਂ ਵਿਲੇ ਹੁੰਨਾ ਨਾ ਨੌਕਰੀ ਛੱਡ ਕੇ ਹਾਂਜੀ ਦਰੀ ਜੱਟ ਹੁੰਦਾਈ ਉਹਦੇ ਕੋਲ ਜਾ ਕੇ ਬੈਠਾ ਰਹਿੰਦਾ ਨਾ ਮੈਂ ਅੱਛਾ ਜੀ ਇਹ ਇਹ ਜਨਾਬ ਮੈਨੂੰ ਕਹਿ ਰਿਹਾ ਦਰੀ ਸਾਹਿਬ ਮੈਂ ਮੇਰਾ ਦੋਦਾ ਕਾਰੋਬਾਰ ਆ ਤੇ ਮੈਂ ਦੱਸਦਾ ਆਪਣੇ ਇਹਨਾਂ ਦੇ ਬਾਰੇ ਉਸਤਾਦ ਵੀ ਮੇਰੇ ਕੋਲ ਜਾ ਕੇ ਬੈਠੇ ਰਹਿੰਦੇ ਹੁੰਦੇ ਸੀ ਤੇ ਮੈਂ ਨਾ ਇਹਨਾਂ ਨੂੰ ਵੇਖ ਕੇ ਮੈਂ ਕਹਿੰਦਾ ਉਸਤਾਦ ਜੀ ਤੁਸੀਂ ਵਿਲੇ ਬੈਠੇ ਰਹਿੰਦੇ ਜੇ ਤੇ ਕੋਈ ਕਾਰੋਬਾਰ ਕਰ ਲਓ ਇਹਨੇ ਕਿਹਾ ਕੀ ਕਰੀਏ ਮੈਂ ਕਹਾਂ ਜੀ ਤੁਸੀਂ ਦੁੱਧ ਦਾ ਕਾਰੋਬਾਰ ਕਰ ਲਓ ਜਿਹੜਾ ਮੈਂ ਕਰਨ ਰਿਹਾ ਵਾਂ ਮਾੜਾ ਬੰਦਾ ਤੇ ਉਹ ਹੀ ਕਰ ਸਕਦਾ ਹੈ ਨਾ ਮੈਂ ਕਹਾਂ ਜੀ ਆਂਦਾ ਕਿੰਨੇ ਕੁ ਪੈਸਾ ਨਾਲ ਸ਼ੁਰੂ ਹੋਗਾ ਮੈਂ ਕਹਾਂ ਜੀ ਬਗੈਰ ਪੈਸੇ ਤੋਂ ਅਗਲੇ ਕੋ ਉਧਾਰ ਲਓ ਵਟ ਕੇ ਦੋਨੂੰ ਦੇ ਦਿਓ ਜਿਹੜੀ ਬਚਤ ਆਪਣਾ ਕੋ ਰੱਖ ਲਓ ਇਹਨਾਂ ਨੇ ਮਾਸ਼ਾਅੱਲਾ ਕੀਤਾ ਕੰਮ ਤੇ ਬੜਾ ਅੱਛਾ ਚੱਲ ਰਿਹਾ ਇਹਨਾਂ ਦਾ ਉਸਤਾਦ ਜੀ ਅੱਜ ਕੱਲ ਕਿੰਨਾ ਦੁੱਧ ਲੱਗ ਰਿਹਾ ਤੁਹਾਡਾ ਦੁੱਧ ਦੇ ਹਿਸਾਬ ਦਾ ਮੈਂ ਟੇ ਤਵੱਜੋ ਨਹੀਂ ਦਿੰਦਾ ਤਕਰੀਬਨ ਲੱਗ ਹੀ ਜਾਂਦਾ ਕੋਈ 2 ਕੁ ਮਨ ਮਨ ਮਾਸ਼ਾਅੱਲਾ 2 ਮਨ ਯਾਨੀ ਕਿ 1000 ਰੁਪਇਆ ਸ਼ਾਪ ਲੈਂਦੇ ਆਹ ਵਾ ਮਾਸ਼ਾਅੱਲਾ ਬੜੀ ਗੱਲ ਹੈ ਜੀ ਘਰ ਦਾ ਬਹੁਤ ਅੱਛਾ ਨਿਜ਼ਾਮ ਚੱਲ ਰਿਹਾ ਵਾ ਠੀਕ ਹੈ ਜਨਾਬ ਇਸੇ ਨਾਲ ਹੀ ਸਾਨੂੰ ਇਜਾਜ਼ਤ ਦਿਓ ਤੇ ਜ਼ਿੰਦਗੀ ਰਹੀ ਤੇ ਅਗਲੀ ਵੀਡੀਓ ਦੇ ਵਿੱਚ ਫੇਰ ਮਿਲਾਂਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰਨਾ ਕਦੇ ਨਾ ਭੁੱਲਣ ਓਕੇ ਅੱਲਾਹ ਫੈ ਅਸਲਾਮੁਅਲੈਕਮ